ਹਾਂਜੀ ਬਾਬਾ ਜੀ ਦੱਸੋ ਕੀ ਪ੍ਰੋਬਲਮ ਹੈ ਤੁਹਾਨੂੰ? ਬਾਬਾ ਜੀ ਮੇਰੇ ਲੱਕ ਦੀਆਂ ਨਾੜਾਂ ਦੱਬੀਆਂ ਵਾ। ਅੱਛਾ, ਇਹ 2017 ਦੀਆਂ ਵਾ। ਕਿਸ ਤਰ੍ਹਾਂ ਦੱਬ ਗਈਆਂ? ਡਿੱਗਾਂ ਵਾ ਪਿੱਛੇ, ਜਿੱਦਾਂ ਬੈਕ ਸਾਈਡ, ਜਿੱਦਾਂ ਵੀਰ ਜੀ ਖਲੋਤੇ ਆ ਨਾ। ਅੱਛਾ ਜੀ, ਇਸ ਤਰ੍ਹਾਂ ਹੀ ਬਸ ਜ਼ਮੀਨ ਤੇ ਖਲੋਤਾ ਵਾ ਤੇ ਖਲੋਤੇ ਪਿਆ ਪਿੱਛੇ ਬੈਕ ਸਾਈਡ ਡਿੱਗਾਂ। ਕੋਈ ਵੱਜਾ ਤੁਹਾਡੇ ਚ? ਕੋਈ ਇੱਦਾਂ ਦੀ ਗੱਲਬਾਤ ਨਹੀਂ? ਨਹੀਂ ਵੱਜਿਆ ਨੀ ਕੁਛ, ਆਪਣੇ ਆਪ ਡਿੱਗਿਆ। ਹਾਂਜੀ, ਲੱਕ ਦੀ ਨਾੜਾਂ ਪ੍ਰੈਸ ਹੋ ਗਈਆਂ। ਹਾਂਜੀ, ਮੈਂ ਕਿੰਨੀ ਦਵਾਈ ਖਾਧੀ ਆ ਤੇ ਇੰਨਾ ਕੁ ਬੈਠਾ ਵਾ। ਮੈਂ ਜਾਣਾ ਹੀ ਕਿਤੇ ਵੀ, ਚਲੋ ਗੁਰੂ ਘਰ, ਚਲੋ ਮਹਾਰਾਜ ਦਰਸ਼ਨ ਮਿਲ ਕਰਨ ਸਿੰਘ ਆਉਂਦੇ ਜਾਣਾ ਮੈਂ। ਠੀਕ ਹੈ, ਤੇ ਨਹੀਂ ਤੇ ਫਿਰ ਇੱਦਾਂ ਬੈਠਾ ਵੀ ਨੀ ਜਾਂਦਾ। ਜੇ ਦਵਾਈ ਨਾ ਖਾਧੀ ਉਹਦੇ ਗੱਲ ਵੀ ਨੀ ਹੁੰਦੀ। ਝੜਕੇ ਝੜਕਾ ਵੱਜਦਾ, ਸਾਹ ਹੀ ਗੁੰਮ ਹੋ ਜਾਂਦਾ। ਲੰਮੇ ਪੈਰੀ ਦੇ? ਲੰਮੇ ਪੈਰ ਤੇ। ਹਾਂਜੀ, ਕਿੰਨੀ ਦਵਾਈ ਖਾਂਦੇ ਦਿਹਾੜੀ? ਦਵਾਈ ਬਾਬਾ ਜੀ ਮੈਂ ਤਕਰੀਬਨ ਪਤਾ ਕੀ ਖਾ ਜਾਂਦਾ, 2 ਗੋਲੀਆਂ ਖਾਂਦਾ, ਉਹ ਦਿੱਤੀਆਂ ਨਾਲ ਡਾਕਟਰ ਨੂੰ ਲਾਈਆਂ, ਉਹ ਵੀ ਗੋਲੀਆਂ ਲੱਗ ਹੀ ਗਈਆਂ ਤਕਰੀਬਨ ਹੁਣ। 2 ਗੋਲੀਆਂ ਦਿਹਾੜੀ ਦੀਆਂ ਖਾ ਕੇ? 2 ਗੋਲੀਆਂ ਉਹ ਖਾਣਾ ਵਾ ਤੇ 7-8 ਕੈਪਸੂਲ ਖਾਣਾ ਵਾ। ਚੇਅਰ ਤੋਂ ਬੈਠਾ ਵਾ, ਉੱਠਿਆ ਨੀ ਗਿਆ। ਫਿਰ ਇਹਨਾਂ ਨੂੰ ਆਵਾਜ਼ ਲੰਮੇ ਪੈ ਕੇ ਕਿਸੇ ਵੇਲੇ ਸਕਦੇ ਆ, ਤੇ ਜੇ ਦਵਾਈ ਜਿਆਦਾ ਖਾਧੀ ਹੋਵੇ। ਅੱਜ ਦਾ ਬੂਹਾ ਇਹਨੂੰ ਖੋਲ ਕੇ, ਇੱਕ ਹੱਥ ਬੂਹੇ ਨੂੰ ਪਾ ਕੇ ਤੇ ਫਿਰ ਬੁਰਕੀਆਂ ਕਰ ਦਿੰਦੇ ਆ, ਤੇ ਫਿਰ ਸਕਦਾ। ਬੜਾ ਔਖਾ ਕੰਮ ਹੈ, ਜ਼ਿਆਦਾ ਤੇ ਲੰਮੇ ਪੈ ਕੇ ਹੀ ਸਿਖਣਾ ਪੈਂਦਾ। ਲਾਡ ਜੇ 7.5 ਲੱਖ ਹੈਗਾ, ਇਹ ਵੀ 4-5 ਸਾਲ ਹੀ ਹੋਇਆ। ਬਾਬਾ ਜੀ ਹੈ ਤੇ ਬਹੁਤ ਮਿਹਨਤੀ ਸੀ, ਬੋਰ ਕਰਦੇ ਸੀ ਨਲਕਿਆਂ ਨੂੰ, ਨਲਕਿਆਂ ਦਾ ਬੋਰ ਕਰਦੇ ਸੀ, ਘਰ ਘਰ ਜਾ ਕੇ ਸਾਰੇ ਮਿਹਨਤ ਬਹੁਤ ਕਰਦੇ ਸੀ। ਸ਼ਰਧਾ ਨੀ ਟੁੱਟੀ, ਸੰਸਾਰ ਬਥੇਰਾ ਕੋਈ ਜਾਂਦਾ ਇਹਨਾਂ ਨੂੰ, ਪੀ ਐਸ ਬਾਬੇ ਦੇ ਜਾਓ, ਐ ਪੀਰ ਦੇ ਜਾਓ, ਐ ਫਕੀਰ ਦੇ ਜਾਓ, ਕਜੋ ਇਹਨਾਂ ਨੇ ਇੱਕੋ ਗੁਰੂ ਨਾਨਕ ਦਾ ਓਟਾਸ ਰੱਖਿਆ ਵੀ ਜੋ ਉਹਦੀ ਰਾਜਾ ਜੋ ਕਰ ਦੇਣਗੇ ਸਭ ਪ੍ਰਵਾਨ ਹੈ। ਸ਼ਹੀਦਾਂ ਸਿੰਘਾਂ ਦਾ ਗੁਰਦੁਆਰਾ ਵਾ, ਉੱਥੇ ਨਮਸਕਾਰ ਕਰਕੇ ਨਸ਼ਹਿਰੇ ਤੇ ਲੱਗੇ ਹੀ ਆ। ਜਿਸ ਤਰ੍ਹਾਂ ਮਤਲਬ ਸ਼ਹੀਦਾਂ ਸਿੰਘਾਂ ਨੂੰ ਬਾਹਰ ਹੁੰਦੇ ਆ ਵੀ ਚਲੋ ਆਓ ਜਾਓ ਤੇ ਦੁੱਖ ਤਕਲੀਫਾਂ ਦੂਰ ਹੁੰਦੇ ਆ, ਤੇ ਨਮਸਕਾਰ ਕਰਕੇ ਹੁਣ ਵੀ ਉੱਥੋਂ ਆਏ ਆ। ਹਸਪਤਾਲ ਵੀ ਪਹਿਲਾਂ ਮਤਲਬ 15 ਦਿਨ ਰਹੇ ਆ, ਇੱਥੋਂ ਤੱਕ ਡਾਕਟਰਾਂ ਨੇ ਮਤਲਬ ਰੱਬ ਤੁਹਾਡਾ ਭਲਾ ਕਰੇ ਵੀ ਵੇਹਦੇ ਰਹੇ ਵੀ ਆਪਰੇਸ਼ਨ ਹੋਣ ਵਾਲਾ ਕਿ ਨਹੀਂ, ਜੋ ਗਿਆ ਕਿ ਨਹੀਂ। ਜਦੋਂ ਉਹਨਾਂ ਵੇਖਿਆ ਵੀ ਆਪਰੇਸ਼ਨ ਕਰਨ ਲਈ ਤਿਆਰ ਸੀ, 2-3 ਵਾਰੀ ਕਰਨ ਲਈ ਤਿਆਰ ਹੋਏ, ਫਿਰ ਉਹਨਾਂ ਬਸ ਜਵਾਬ ਦਿੱਤਾ ਵੀ ਨਹੀਂ ਤੁਸੀਂ ਦਵਾਈਆਂ ਖਾਓ। ਠੀਕ ਹੈ ਬਾਈ। ਹਾਂਜੀ, ਉਹ ਕਹਿੰਦੇ ਵੀ ਜ਼ਿਆਦਾ ਨੁਕਸ ਨਾ ਵੱਜੇ। ਠੀਕ ਹੈ ਜੀ, ਚਲੋ ਹੁਣ ਤੇ ਆਸਰੇ ਨਾਲ ਚੱਲ ਫਿਰ ਸਕਦੇ ਆ, ਤੇ ਮੁੜ ਕੇ ਇਹ ਨਾ ਹੋਏ ਵੀ ਨਾੜਾਂ ਕੱਟਦੀ ਹੈ ਤੇ ਕੋਈ ਜ਼ਿਆਦਾ ਨੁਕਸ ਵੱਜੇ। ਹੁਣ ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ? ਬਸ ਇੱਥੇ ਪਰਮਾਤਮਾ ਦੇ ਆਸਰੇ ਹੀ, ਪਰਮਾਤਮਾ ਦੇ ਆਸਰੇ ਹੀ ਆ ਬਸ। ਤਕਰੀਬਨ 1 ਸਾਲ ਤੋਂ ਉੱਪਰ ਹੋ ਗਿਆ ਕੰਮ ਇਹਨਾਂ ਦਾ ਸੁੱਟਿਆ ਨੂੰ, ਜਾਂਦੇ ਸੀ ਸ਼ਹਿਰ ਅੰਮ੍ਰਿਤਸਰ ਕੰਮ ਜਾਂਦੇ ਸੀ, ਘਰਾਂ ਚ ਕੰਮ ਕਰਦੇ। ਉਹ ਵੀ ਹੁਣ ਬੱਸਾਂ ਨੇ ਆਉਂਦੀਆਂ, ਜਾਣਾ ਪੈਂਦਾ ਤੇ ਕਿਹੜੇ ਆ ਸਾਹਮਣੇ ਪਿੰਡ ਤੱਕ, 1-2 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ, ਤੁਰ ਕੇ ਆਉਣਾ ਪੈਂਦਾ, ਬੜਾ ਮੁਸ਼ਕਿਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਜਸਵਿੰਦਰ ਸਿੰਘ ਜੀ ਪੁੱਛਾਂ ਦਸੂਏ ਵਾਲੇ, ਅੱਜ ਅਸੀਂ ਤਰਨ ਤਾਰਨ ਸਾਹਿਬ ਦੇ ਕੋਲ ਪਿੰਡ ਰਟੌਲ ਵਿਖੇ ਪਹੁੰਚੇ ਹਾਂ ਜੀ। ਇਹ ਪਿੰਡ ਭਾਈ ਮਹਾਂ ਸਿੰਘ ਜੀ ਜਿਹੜੇ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸੀ, ਭਾਈ ਮਹਾਂ ਸਿੰਘ ਜੀ 40 ਮੁਕਤਿਆਂ ਜਿਹੜੇ ਮੁਖੀ ਸਨ, ਉਹਨਾਂ ਦਾ ਪਿੰਡ ਹੈ। ਉੱਥੇ ਅਸੀਂ ਪਹੁੰਚੇ ਹਾਂ। ਭਾਈ ਸਾਹਿਬ ਜੀ ਸਰਦਾਰ ਕਰਮ ਸਿੰਘ ਜੀ, ਇਹਨਾਂ ਨੇ ਸਾਡੀ ਵੀਡੀਓ ਦੇਖੀ ਸੀ ਵਾਹਿਗੁਰੂ ਆਸਰਾ ਚੈਨਲ 'ਤੇ। ਆਪ ਸਭ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹੁੰਦੇ ਹਾਂ
कि साडा जिहड़ा यूट्यूब ते चैनल बनिया वाहिगुरु वासरा उहनूं सबसक्राइब करो ते उहनूं वीडियो नूं अगे तो अगे शेयर भी करिया करो। फिर जिहड़े जिहड़े वीरां ने अगे तो अगे वीडियो शेयर कीती ते इह भाई साहिब जी ने साडी वीडियो देखी सेवा करदिआं दीआं, फिर इहनां ने सानूं फोन लाया, सानूं हुक्म लाया भाई साहिब जी ने कि सानूं करियाना चाहिए, साडे घर करियाना नहीं हैगा क्योंकि भाई साहब जी मंजे ते पे होए ने, कोई काम नहीं कर सकते। धर्म पत्नी इन्हां दी काम करती सी पर वो लॉकडाउन लग गया, उस करके धर्म पत्नी भी कितने काम ते नहीं जाते। तो भाई साहब जी कहिंदे साडा जिन्ना भी गुजारा चलता रब आसरे चलता, कोई दे खा लैंदे आ, कोई ना दे तो भुखे सुते रहने। असीं भाई साहब जी ने पुछया कि तुहानूं की चाहिए, जो जो चीज़ दसो सानू। ये कहिंदे जी सानू तुसीं करियाना दे दिया करो हर महीने ता जो साडा कोई भोजन आपां छक सकीए, तो परमात्मा की कृपा के नाल आप सब संतां दे आशीर्वाद सदका, गुरु महाराज की कृपा सदका असीं इन्हां वास्ते महीने का राशन लैके आए हैं जी। एक महीने का करियाना लैके आए इन्हां कोल क्योंकि भाई साहब ने सानूं हुक्म लाया सी कि सानूं करियाना चाहिए। एक महीने का करियाना आपां इन्हां दे के चले हैं इन्हां नूं जी, तो पांच महीने के करियाने दे असीं इन्हां दी जिहड़ी करियाने वाली कोई दुकान होएगी इन्हां दे नगर विखे पिंड विखे उन्हां नूं पांच महीने के करियाने दे असीं पैसे दे के जावांगे जी, क्योंकि छे महीने का असीं इन्हां नूं करियाना दे के जावांगे। उसके बाद फिर परमात्मा जिवें परमात्मा कृपा करनगे, जिवें गुरु साहब हुक्म करनगे, जिवें सब संगतां दा सहयोग मिलेगा, आप जी की कृपा होगी, उस तरह छे महीने बाद फिर असं इन्हां भाई साहब जी को आवांगे। हुण असीं इन्हां नूं एक महीने का करियाना दे के चले हाँ, तो पांच महीने के करियाने के पैसे आपां इन्हां दे नगर के करियाने वाली दुकान पर दे जांगे। वो करियाने वाला वीर हर महीने इन्हां नूं करियाना दिया करेगा, असीं इन्हां नूं दस जांगे जिहड़ी भी करियाने वाली दुकान इन्हां दे लागे तागे होगी, वो हर एक तरीक नूं इन्हां दे घर करियाना पहुँचा दिया करेगा। पांच महीने का करियाना वो करियाने वाला वीर इन्हां नूं दे देगा जी। आप सब संगतां का बहुत बहुत धन्यवाद। गुरु नानक साहब सिर ते हथ रख के इस तरह ही कृपा करते रहन, सेवा लेंदे रहन। तो असी दसिया ही अपने वीर मनप्रीत सिंह बिल्ला जी नूं कि असी पहुँचना रटौल पिंड विखे, तो उन्होंने जिहड़े साडे नाल ही सिंह हुंदे उन्होंने घर विखे पुत्र की बख्शिश हुई, गुरु साहब जी ने पुत्र की बख्शिश की है। तो नाल ही मेरे सिंह रहिंदा, तो मैं उन्होंने कहा कि रटौल पिंड ही सेवा दे के आनी है, जिनी वो वो सके आप सेवा दे के आनी। तो उन्होंने पुत्र की बख्शिश हुई, जो पुत्र घर में जन्म लैंदा तो रिश्तेदार वेखण आते हैं, वो रिश्तेदार जिन्हें भी उन्होंने घर वेखण आते मुख वेख के तो पुत्र प्यार दे के जाते। तो वह फिर मनप्रीत सिंह बिल्ला जी ने जिन्ना भी प्यार बच्चे का होया वह सारा दसरिया देता कि तुम ये जरा सा जिन्हें भी पैसे होए ने घर विखे बच्चा देखण आते हैं, लोग प्यार दे के जाते हैं, ये जरा पैसा असी घर नहीं वरतना, ये किसी सेवा वाले पास ला दौ। वो फिर असी वो सारा पैसा भाई साहब जी ने सानू जो हुक्म लाया आप उधर सेवा वाले पास ला के जा रहे हैं जी। आप सब संगतों का बहुत 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 धन्यवाद। गुरु साहब बख्शिश करके इस तरह ही सेवा लेंदे रहन, बहुत बहुत धन्यवाद आप सब संगत का, दास का। वाहेगुरु आसरा यूट्यूब पर चैनल बनया हुआ, उस चैनल में सबसक्राइब करो, तो वह तो वो चैनल की जी वीडियो चढ़ती अगे तो अगे शेयर भी करया करो, ता कोई होर लोड़वंद परिवार साढ़े तक पहुँच कर सके जी। भाई साहब जी तुम कोई संगत को बेनती करना चाहोगे? बेनती बस इन्नी साढ़े कृपा ने हो जाए करे तो बस चढ़ती कला जी, बाबा जी करियाने की कृपा हो जाए करे चढ़ती कला, जो भी चलो संगत कर देगी साढ़े वास्ते साथ ही साथ है। ठीक है जी, हाँ जी बहुत बहुत धन्यवाद आप सब संगत का। गुरांक साहब इस तरह सिर ते हथ रख के सेवा लेंदे रहन जी। असीं अज रटौल पिंड विखे पहुंचे हैं जी। ये रटौल पिंड भाई महा सिंह जी जिहड़े 40 मुक्तियां दे मुखी सन ते मुकतसर दी जंग विच ओह शहीद होए सन, ये उन्हां दा नगर है जी। वाले बाबा दलीप सिंह जी जिन्हां ने सकार घाट दा पुल बधाया उन्हां दा नगर भी है। हजूर साहब पुल बधाया जी, बाबा दलीप सिंह जी कारसेवा वाले। अच्छा जी, हाँ जी उन्हां दा नगर भी है। तुसीं दस दो बाबा जी थोड़ा संगत, हाँ जी दस्सिओ भाई करो संगत। वाहिगुरु जी का खालसा जी, वाहिगुरु जी की फतेह। सरबत संगतां नूं दोवें हाथ जोड़ के फतेह प्रवान करनी जी। ये नगर धन धन बाबा महा सिंह जी रटौल जिन्हां ने 40 मुक्तियां दे जथेदार हो के माई भाग नूं नाल लै के ते ये अपना बदावा पड़वाया ही टुटी गंढी ही। तो ये नगर बाबा दलीप सिंह जी कार सेवा वाले जिन्हां ने सकार घाट पुल की सेवा की ही, क्योंकि पुल सरकार भी नहीं बन सकदियां ते उन्होंने ये पुल की सेवा की, तो उन्हों का नाम ही अज आल वर्ल्ड दे विच है। ये बाबा जी हुण इन्हां भाई साहब भाई करम सिंह दे घर आए आ, तो ये कि बिल्कुल निआसरे आ, इन्हां नूं किसे दा भी कोई आसरा नहीं गा। तो बाबा जी इन्हां दे संजोग दे रहे आ, जो भी कर रहे आ बहुत बहुत इन्हां दे धन्नवादी आ।
ਤੇ ਸਾਰੀਆਂ ਸੰਗਤਾਂ ਨੇ ਜਿਨ੍ਹਾਂ ਨੇ ਸੰਯੋਗ ਭੇਜਿਆ ਜਿਨ੍ਹਾਂ ਵੱਲੋਂ ਆਇਆ ਉਹਨਾਂ ਦੇ ਵੀ ਧੰਨਵਾਦੀ ਹਾਂ ਅਤੇ ਗੁਰੂ ਸਾਹਿਬ ਸਾਰੀਆਂ ਸੰਗਤਾਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਬਾਬਾ ਜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾ ਲੈਂਦੇ ਰਹਿਣ ਅਤੇ ਹੋਰ ਵੀ ਪਰਿਵਾਰਾਂ ਦੀ ਇਸ ਤਰ੍ਹਾਂ ਸੇਵਾ ਕਰਦੇ ਰਹਿਣ ਲੋੜਵੰਦਾਂ ਦੀ ਬਾਂਹ ਫੜਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ